पाठ एक भाषा या बोली वर्ण या अक्षर वेखो पढ़ो अते समझो प्लेटफार्म ते खड़ी रेलगड्डी दा गार्ड हरी झंडी विखा के गड्डी चलन दा इशारा कर रहा है ड्यूटी ते खड़ा ट्रैफिक पुलिस दा सिपाही हाथ दे इशारे नाल ट्रैफिक नू कंट्रोल कर रहा है खेड दे मैदान विच रेफरी सीटी बजा के खेड शुरू करन गोल होन अते खेड खत्म करन दा इशारा कर रहा है बच्चा रो रो के अपने दिल दे भावां नू प्रगटा रहा है मनुख अपने भावां अते विचारां नू जिस साधन राही प्रगटाउंदा है उस नू भाषा जां बोली आखदे हन भाषा विच बोलदे अते सिखदे हां असीं बोली तों बोलना सुनना लिखना अते पढ़ना चार काम लैंदे हां बोली दी परिभाषा मनुख अपने भावां ते विचारां नूं जिस साधन राही दर्शाउंदा है उस नूं बोली जां भाषा आखदे हन बोली दीआं किस्मां पंजाबी व्याकरण विच बोली जां भाषा दो प्रकार दी है एक बोलचाल दी बोली जां मौखिक भाषा ते दूजी लिखती जां टकसाली बोली बोलचाल दी बोली जां मौखिक भाषा जदों कोई व्यक्ति बोल के अपनी गल आखदा है ते दूजियां दी गल सुन के समझदा है तां उस नूं बोलचाल दी बोली जां मौखिक भाषा आखदे हन ਸਾਨੂੰ ਸਕੂਲੋਂ ਜਲਦੀ ਛੁੱਟੀ ਹੋ ਗਈ ਕਿਉਂਕਿ ਅੱਜ ਸਕੂਲ ਦੇ ਬੱਚੇ ਇਨਾਮ ਜਿੱਤ ਕੇ ਲਿਆਏ ਹਨ ਬਹੁਤ ਵਧੀਆ ਇਹ ਗੱਲ ਆਪਣੇ ਦੋਸਤਾਂ ਨੂੰ ਵੀ ਦੱਸ ਕੇ ਆ ਹੁਣੇ ਦੱਸ ਕੇ ਆਨਾ ਮੰਮੀ ਤੂੰ ਵੀ ਖੂਬ ਪੜ੍ਹ ਕੇ ਸਕੂਲ ਤੇ ਦੇਸ਼ ਦਾ ਨਾਂ ਰੋਸ਼ਨ ਕਰ ਇਸ ਤਰ੍ਹਾਂ ਮਾਂ ਅਤੇ ਬੱਚੇ ਨੇ ਬੋਲ ਕੇ ਅਤੇ ਸੁਣ ਕੇ ਆਪਣੀ ਗੱਲ ਇੱਕ ਦੂਜੇ ਨੂੰ ਸਮਝਾਈ लिखती जां टकसाली बोली जदों कोई व्यक्ति लिख के अपनी गल दूजां तक पहुंचाउंदा है ते दूजा व्यक्ति पढ़ के उस गल नूं समझ लैंदा है तां उस नूं लिखती भाषा जां टकसाली बोली आखदे हन किताबां अते अखबारां भाषा दे लिखती रूप दा उत्तम नमूना हन इह भाषा व्याकरण दे नियमां विच बज्जी अते शुद्ध हुंदी है ਤਸਵੀਰਾਂ ਵਿੱਚ ਬੱਚਾ ਸਿਪਾਹੀ ਬਜ਼ੁਰਗ ਅਤੇ ਅਧਿਆਪਕ ਲਿਖ ਕੇ ਅਤੇ ਪੜ੍ਹ ਕੇ ਸਮਝ ਅਤੇ ਸਮਝਾ ਰਹੇ ਹਨ ਪੰਜਾਬ ਵਿੱਚ ਪ੍ਰਚਲਿਤ ਭਾਸ਼ਾਵਾਂ ਪੰਜਾਬ ਵਿੱਚ ਮੁੱਖ ਤੌਰ ਤੇ ਤਿੰਨ ਭਾਸ਼ਾਵਾਂ ਬੋਲੀਆਂ ਪੜ੍ਹੀਆਂ ਅਤੇ ਸਮਝੀਆਂ ਜਾਂਦੀਆਂ ਹਨ ਪੰਜਾਬੀ ਹਿੰਦੀ ਅੰਗਰੇਜ਼ੀ ਭਾਸ਼ਾ ਦੇ ਰੂਪ ਭਾਸ਼ਾ ਜਾਂ ਮਾਂ ਬੋਲੀ ਜੋ ਭਾਸ਼ਾ ਮਾਂ ਦੀ ਗੋਦ ਵਿੱਚ ਬੈਠ ਕੇ ਸਿੱਖੀ ਜਾਵੇ ਉਹ ਮਾਤ ਭਾਸ਼ਾ ਜਾਂ ਮਾਂ ਬੋਲੀ ਹੁੰਦੀ ਹੈ ਇਹ ਬੋਲੀ ਬੱਚੇ ਆਪਣੀ ਮਾਂ ਕੋਲੋਂ ਲੋਰੀ ਸੁਣ ਕੇ ਦਾਦੀ ਨਾਨੀ ਕੋਲੋਂ ਕਹਾਣੀਆਂ ਸੁਣ ਕੇ ਅਤੇ ਆਪਣੇ ਵੱਡੇ ਵਡੇਰਿਆਂ ਦੀਆਂ ਗੱਲਾਂ ਸੁਣ ਕੇ ਸਿੱਖਦੇ ਹਨ ਸੌ ਜਾ ਬੱਬੂਆ ਮਾਣੋ ਬਿੱਲੀ ਆਈ ਹੈ ਸੌ ਜਾ ਬੱਬੂਆ ਮਾਣੋ ਬਿੱਲੀ ਭਾਸ਼ਾ ਬੱਚਿਆਂ ਵਿੱਚ ਪਹਿਲਾਂ ਤੋਤਲਾ ਬੋਲਣ ਦਾ ਤੇ ਫਿਰ ਬੋਲੀ ਵਿੱਚ ਸਪਸ਼ਟ ਬੋਲਣ ਦਾ ਮੁੱਢ ਬਣਦੀ ਹੈ ਰਾਸ਼ਟਰ ਭਾਸ਼ਾ ਜਿਹੜੀ ਭਾਸ਼ਾ ਰਾਸ਼ਟਰ ਦੀ ਸਾਂਝੀ ਭਾਸ਼ਾ ਹੋਵੇ ਉਸ ਨੂੰ ਰਾਸ਼ਟਰ ਭਾਸ਼ਾ ਆਖਦੇ ਹਨ ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਹੈ ਮਿੱਤਰ ਆਪ ਕੈਸੇ ਹੋ ਮੈਂ ਠੀਕ ਹੂੰ ਆਪ ਕੈਸੇ ਹੈ ਰਾਸ਼ਟਰੀ ਭਾਸ਼ਾ ਦੂਜੇ ਦੇਸ਼ਾਂ ਨਾਲ ਸੰਬੰਧ ਬਣਾਉਣ ਲਈ ਜਿਹੜੀ ਭਾਸ਼ਾ ਵਰਤੋਂ ਵਿੱਚ ਲਿਆਈ ਜਾਂਦੀ ਹੈ ਉਸ ਨੂੰ ਅੰਤਰਰਾਸ਼ਟਰੀ ਭਾਸ਼ਾ ਆਖਦੇ ਹਨ ਇਹ ਸਾਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜਦੀ ਹੈ ਅੰਗਰੇਜ਼ੀ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ ਪ੍ਰਾਂਤਾਂ ਦੀਆਂ ਭਾਸ਼ਾਵਾਂ
ਭਾਸ਼ਾ ਹੁੰਦੀ ਹੈ ਜਿਵੇਂ ਪੰਜਾਬ ਦੀ ਪੰਜਾਬੀ ਬੰਗਾਲ ਦੀ ਬੰਗਾਲੀ ਮਹਾਰਾਸ਼ਟਰ ਦੀ ਮਰਾਠੀ ਅਤੇ ਉੜੀਸਾ ਦੀ ਉੜੀਆ।